ਇੱਥੇ ਕੋਈ ਵੀ ਨਾ ਪਾਣੀ ਦਾ ਪ੍ਰਬੰਧ ਨਾ ਜੀ, ਸਾਨੂੰ ਖਾਣਾ ਦਾਣਾ ਟਾਈਮ ਨਾਲ ਆਉਂਦਾ। ਅਤੇ ਦੂਜੀ ਗੱਲ ਜੀ, ਅਸੀਂ ਉਹਦੇ ਗੁਫਾ 'ਚ ਬੈਠੇ ਹਾਂ, ਪ੍ਰਸ਼ਾਸਨ ਕੋਈ ਵੀ ਨਹੀਂ ਸੁਣ ਰਿਹਾ ਜੀ ਇੱਕ ਦੂਜੇ ਦੀ। ਬੱਚਾ ਜੀ ਚਾਹ ਦੇਣਾ ਤਾਂ ਸਵੇਰੇ ਮੇਰੇ ਕੋਲ ਚਾਹ ਦੇਣਾ ਹੈ, ਅਤੇ ਇਹਨਾਂ ਨੇ ਉਹਨੂੰ ਵੀ ਰੱਖਤਾ, ਕਹਿੰਦੇ ਵੀ ਇਹਦੀਆਂ ਵੀ ਰਿਪੋਰਟਾਂ ਹੋਣਗੀਆਂ ਤੇਰੇ ਕੋਲ ਕਾਹਤੇ ਆਇਆ। ਅਤੇ ਮੈਂ ਉਹਨੂੰ ਰੋਟੀ ਦੇਣ ਆਈ ਸੀ ਜੀ, ਅਤੇ ਇਹਨਾਂ ਨੇ ਨਾ ਮੈਨੂੰ ਪਿੰਡ 'ਚ ਨਹੀਂ ਵੜਦੇ, ਮੈਨੂੰ ਕਹਿੰਦੇ ਵੀ ਤੂੰ ਉਹਨੂੰ ਰੋਟੀ ਦੇਣ ਗਈ ਆ ਅਤੇ ਤੂੰ ਪਿੰਡ 'ਚ ਨਹੀਂ ਵੜ ਸਕਦੀ, ਵੀ ਸਾਨੂੰ ਰਿਪੋਰਟਾਂ ਵੀ ਕਰਾ ਲਈਆਂ, ਸਾਡਾ ਸਾਰਾ ਕੁਛ ਹੋ ਲਿਆ, ਵੀ ਸਾਨੂੰ ਉਰੇ ਬਿਠਾਇਆ ਹੋਇਆ, ਸਾਨੂੰ ਕੱਲ੍ਹ ਕੁਛ ਹੋ ਜਾਵੇ ਅਸੀਂ ਕਿਹਦੇ ਜ਼ਿੰਮੇਵਾਰ ਹਾਂ ਜੀ। ਆਂਧਰਾ ਪ੍ਰਦੇਸ਼ ਤੋਂ ਪਰਤਿਆ ਕੰਬਾਈਨ ਵਰਕਰ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਸਮੇਤ ਰੇਲਵੇ ਕੋਰੀਡੋਰ ਦੀ ਪੁਲੀ ਹੇਠ ਰਹਿ ਰਿਹਾ। ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਨੇ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦਿੱਤਾ। ਵਾਇਰਸ ਨੇ ਜਿੱਥੇ ਆਪਸੀ ਦੂਰੀਆਂ ਵਧਾ ਦਿੱਤੀਆਂ ਨੇ, ਉੱਥੇ ਮਨੁੱਖ ਇੱਕ ਦੂਸਰੇ ਤੋਂ ਘਿਰਣਾ ਵੀ ਕਰਨ ਲੱਗ ਪਿਆ, ਜਿਸ ਦੀ ਮਿਸਾਲ ਬ੍ਰਹਮ ਮਾਜਰਾ ਦੀ ਸ਼ਮਸ਼ਾਨ ਘਾਟ ਨਜ਼ਦੀਕ ਆਂਧਰਾ ਪ੍ਰਦੇਸ਼ ਤੋਂ ਪਰਤੇ ਕੰਬਾਈਨ ਵਰਕਰ ਦੇ ਰੇਲਵੇ ਕੋਰੀਡੋਰ ਦੀ ਪੁਲੀ ਹੇਠ ਰਹਿ ਰਹੇ ਪਰਿਵਾਰ ਤੋਂ ਮਿਲਦੀ ਹੈ, ਜਿਸ ਨੂੰ ਨਾ ਤਾਂ ਰੋਟੀ ਨਸੀਬ ਹੋ ਰਹੀ ਹੈ ਤੇ ਨਾ ਹੀ ਪੀਣ ਤੇ ਨਹਾਉਣ ਲਈ ਪਾਣੀ ਮਿਲ ਰਿਹਾ। ਬ੍ਰਹਮ ਮਾਜਰਾ ਵਿਖੇ ਕਿਰਾਏ ਦੇ ਮਕਾਨ ਤੇ ਰਹਿਣ ਵਾਲੀ ਰਾਣੀ ਨੇ ਦੱਸਿਆ ਕਿ ਉਸਦਾ ਪਤੀ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿਖੇ ਕੰਬਾਈਨ ਤੇ ਕੰਮ ਕਰਨ ਗਿਆ ਸੀ, ਜਿਸ ਨੇ ਕੁਝ ਦਿਨ ਪਹਿਲਾਂ ਬ੍ਰਹਮ ਮਾਜਰਾ ਵਿਖੇ ਆਉਣ ਸੰਬੰਧੀ ਸਾਬਕਾ ਕੌਂਸਲਰ ਜਗਜੀਤ ਸਿੰਘ ਨੂੰ ਸੂਚਿਤ ਕੀਤਾ ਸੀ, ਪਰ ਕੌਂਸਲਰ ਨੇ ਉਸ ਨੂੰ ਘਰ ਨਾ ਆਉਣ ਦੀ ਬਜਾਏ ਰੇਲਵੇ ਟਰੈਕ ਤੇ ਰਹਿਣ ਲਈ ਕਿਹਾ ਸੀ, ਜਿਸ ਕਰਕੇ ਉਸਦਾ ਪਤੀ ਸ਼ਮਸ਼ਾਨ ਘਾਟ ਨੇੜੇ ਬਣੀ ਰੇਲਵੇ ਕੋਰੀਡੋਰ ਦੀ ਪੁਲੀ ਹੇਠ ਰਹਿਣ ਲੱਗ ਪਿਆ। ਉਹਨਾਂ ਦੱਸਿਆ ਕਿ ਜਦੋਂ ਉਹ ਅਤੇ ਉਸਦਾ 17 ਸਾਲ ਦਾ ਲੜਕਾ ਉਸਨੂੰ ਰੋਟੀ ਵਗੈਰਾ ਦੇਣਗੇ ਤਾਂ ਮੁੜ ਕੇ ਉਹਨਾਂ ਨੂੰ ਵੀ ਘਰ ਵੜਨ ਨਹੀਂ ਦਿੱਤਾ। ਮੈਂ ਜੀ ਆਂਧਰਾ ਤੋਂ ਆਇਆ, ਇੱਥੇ ਮੈਂ ਕੋਕੀ ਵੀਰ ਨੂੰ ਆਉਣ ਤੋਂ ਪਹਿਲਾਂ ਫੋਨ ਕਰਿਆ ਅਤੇ ਉਹ ਕਹਿੰਦੇ ਲਾਈਨਾਂ 'ਚ ਰੁਕ ਜਾ, ਮੈਂ ਉੱਧਰ ਤਾਂ ਗਿਆ ਨਹੀਂ, ਲਾਈਨ 'ਚ ਰੁਕ ਗਿਆ। ਅਤੇ ਇੱਥੇ ਕੋਈ ਵੀ ਨਾ ਪਾਣੀ ਦਾ ਪ੍ਰਬੰਧ ਨਾ ਜੀ, ਸਾਨੂੰ ਖਾਣਾ ਦਾਣਾ ਟਾਈਮ ਨਾਲ ਆਉਂਦਾ। ਅਤੇ ਦੂਜੀ ਗੱਲ ਜੀ, ਅਸੀਂ ਉਹਦੇ ਗੁਫਾ 'ਚ ਬੈਠੇ ਹਾਂ, ਪ੍ਰਸ਼ਾਸਨ ਕੋਈ ਵੀ ਨਹੀਂ ਸੁਣ ਰਿਹਾ ਜੀ ਇੱਕ ਦੂਜੇ ਦੀ। ਅੱਛਾ, ਤੁਸੀਂ ਕਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜੀ, ਜਾਂ ਇਹ ਗੱਲ ਤੁਹਾਡੇ ਸੈਂਪਲ ਵਗੈਰਾ ਲਏ ਨੇ? ਸੈਂਪਲ ਤਾਂ ਲਏ ਨੇ ਜੀ, ਮੈਂ 3 ਗਏ ਹਾਂ ਅਸੀਂ ਜੀ। ਅੱਛਾ, ਤੁਹਾਡੇ ਨਾਲ ਕੌਣ ਕੌਣ ਨੇ? ਇਹ ਨਾਲ ਹੀ ਮੇਰੀ ਵਾਈਫ ਹੈ, ਇੱਕ ਬੱਚਾ ਜੀ। ਅੱਛਾ, ਤੇਰਾ ਬੱਚਾ, ਬੱਚੇ ਨੂੰ ਕਿਉਂ, ਬੱਚੇ ਨੂੰ ਤੁਸੀਂ ਕਿਉਂ ਨਾਲ ਲੈ ਕੇ ਆਏ, ਕਾਰਨ ਕੀ ਇਹਦਾ? ਬੱਚਾ ਜੀ ਚਾਹ ਦੇਣਾ ਤਾਂ ਸਵੇਰੇ ਮੇਰੇ ਕੋਲ ਜੀ, ਚਾਹ ਦੇਣਾ ਹੈ ਤੇ ਇਹਨਾਂ ਨੇ ਉਹਨੂੰ ਵੀ ਰੱਖਤਾ, ਕਹਿੰਦੇ ਵੀ ਇਹਦੀਆਂ ਰਿਪੋਰਟਾਂ ਹੋਣਗੀਆਂ ਤੇਰੇ ਕੋਲ ਕਾਹਤੇ ਆਇਆ। ਅੱਛਾ, ਤੁਸੀਂ ਮੁੜ ਕੇ ਵੜ ਆਪਣੇ ਘਰ ਜਾਂ ਪਿੰਡ 'ਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਕੀ ਕਹਿੰਦੇ ਤੁਹਾਨੂੰ? ਮੈਂ ਫਿਰ ਪਿੰਡ 'ਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਉਰੀ ਸਾਹਿਬ ਨੂੰ ਫੋਨ ਕਰਿਆ ਤਾ ਜੀ। ਕੋਕੀ ਉਰੀ ਆਇਆ ਜੀ ਮੇਰੇ ਕੋਲ, ਇੱਥੇ ਕੱਲ੍ਹ ਫੁੱਟਬਾਲ ਖੇਡੀ, ਕਿੰਨੇ ਜਣੇ ਨੇ ਫੋਨ ਕਰਿਆ, ਉਹ ਮੁੰਡੇ ਪਛਾ ਦੂਏ ਨਾਲ ਦਿਆਂ ਨੇ ਫੋਨ ਕਰਿਆ, ਇੱਧਰ ਉੱਧਰ ਉੱਪਰ ਵੀ ਫੋਨ ਕਰੇ ਨੇ, ਕਿਸੇ ਨੇ ਕੁਛ ਨਹੀਂ ਸੁਣਿਆ। ਪਾਣੀ ਭਰਨ ਜਾਂਦੇ ਤਾਂ ਗਾਲਾਂ ਕੱਢਦੇ, ਤੁਸੀਂ ਨਿਕਲ ਲਾਂਗੇ। ਅੱਛਾ, ਉਹ ਕਿੱਥੇ ਗਿਆ ਸੀ? 2 ਜਣੇ ਪਾਣੀ ਭਰਨ ਗਏ, ਸਾਨੂੰ ਗਾਲਾਂ ਕੱਢਣ ਲੱਗ ਗਏ। ਅਤੇ ਪਿੱਛੇ ਤੁਹਾਨੂੰ ਕਿੰਨਾ ਕੁ ਡਰ ਲੱਗਦਾ, ਕਿੱਦਾਂ ਦਾ ਤੁਹਾਨੂੰ ਮਤਲਬ ਲੱਗਦਾ ਹੈਗਾ ਵੀ ਇੱਥੇ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਇੱਥੇ ਰਹਿ ਰਹੇ ਹੋ ਕਿ ਆਮ ਬੰਦਾ ਰਹਿ ਸਕਦਾ? ਨਹੀਂ ਜੀ, ਉਰੇ ਰਹਿਣਾ ਤਾਂ ਹੈ ਨਹੀਂ, ਉਰੇ ਮੱਛਰ ਆ ਰਾਤ ਨੂੰ, ਜੇ ਤਾਂ ਹੋਰ ਬਿਮਾਰ ਹੋ ਜਾਵਾਂਗੇ ਤੁਸੀਂ। ਨਾ ਲੈਟ ਆ ਜੀ, ਨਾ ਉਰੇ ਚਾਰਜਰ ਕਰ ਸਕਦੇ ਆਪਾਂ, ਜਿਹਨਾਂ ਦੇ ਸੈਂਪਲ ਲੈ ਕੇ ਆਏ ਨਹੀਂ, ਉਹ ਕਹਿੰਦੇ ਤੁਸੀਂ ਫੋਨ ਨਾ ਬੰਦ ਕਰਿਓ, ਉਹਦਾ ਫੋਨ ਆਈ ਕਿੱਥੋਂ ਚਾਰਜ ਕਰੀਏ? ਜਨਾਨੀ ਨਾਲ ਆ, ਮੇਰੇ ਲੇਡੀਜ਼ ਸੀ, ਪੜਦਾ ਲਾ ਕੇ ਰਹਿ ਰਿਹਾ ਮੈਂ। ਆਇਆ ਸੀ ਮਸ਼ੀਨ ਤੋਂ ਅਤੇ ਮੈਂ ਉਹਨੂੰ ਰੋਟੀ ਦੇਣ ਆਈ ਸੀ ਜੀ, ਅਤੇ ਇਹਨਾਂ ਨੇ ਨਾ ਮੈਨੂੰ ਪਿੰਡ 'ਚ ਨਹੀਂ ਵੜਦੇ, ਮੈਨੂੰ ਕਹਿੰਦੇ ਵੀ ਤੂੰ ਉਹਨੂੰ ਰੋਟੀ ਦੇਣ ਗਈ ਆ ਅਤੇ ਤੂੰ ਪਿੰਡ 'ਚ ਨਹੀਂ ਵੜ ਸਕਦੀ, ਵੀ ਸਾਨੂੰ ਰਿਪੋਰਟਾਂ ਵੀ ਕਰਾ ਲਈਆਂ, ਸਾਡਾ ਸਾਰਾ ਕੁਛ ਹੋ ਲਿਆ, ਵੀ ਸਾਨੂੰ ਉਰੇ ਬਿਠਾਇਆ ਹੋਇਆ, ਸਾਨੂੰ ਕੱਲ੍ਹ ਕੁਛ ਹੋ ਜਾਵੇ ਅਸੀਂ ਕਿਹਦੇ ਜ਼ਿੰਮੇਵਾਰ ਹਾਂ ਜੀ, ਸਾਡਾ ਕੌਣ ਜ਼ਿੰਮੇਵਾਰ ਆ? ਸਾਡੇ ਕੋਲ ਨਹਾਉਣ ਧੋਣ ਦਾ ਕੋਈ ਪ੍ਰਬੰਧ ਨਹੀਂ, ਸਾਡੇ ਹਾਲ ਦੇਖੋ ਕਿੱਦਾਂ ਦੇ ਹੋਏ ਹੋਏ ਨੇ, ਸਾਨੂੰ ਟਾਈਮ ਨਾਲ ਚਾਹ ਨਹੀਂ ਮਿਲਦੀ, ਰੋਟੀ ਨਹੀਂ ਆਉਂਦੀ, ਸਵੇਰੇ ਸਾਡੀ ਸਵੇਰ ਦੀ ਚਾਹ ਸਾਡੀ 11 ਵਜੇ ਆਈ ਹੈ, ਨਾ ਸਾਡਾ ਬੱਚਾ, ਦੇਖੋ ਬੱਚਾ ਭੁੱਖਾ ਹੈ, ਕੱਲ੍ਹ ਬੱਚਾ ਬਿਮਾਰ ਹੋ ਜਾਵੇ ਉਹਦਾ ਕੌਣ ਜ਼ਿੰਮੇਵਾਰ ਆ? ਤੁਸੀਂ ਤਾਂ ਕਰੋਨਾ ਨੂੰ ਕਹਿੰਦੇ ਵੀ ਕਰੋਨਾ ਤੁਸੀਂ ਬਚਾ ਰਹੇ ਹੋ, ਬਚਾ ਨਹੀਂ ਰਹੇ, ਤੁਸੀਂ ਸਾਨੂੰ ਜ਼ਿਆਦਾ ਬਿਮਾਰ ਕਰ ਰਹੇ ਹੋ ਇਹੋ ਜਿਹੇ ਮਾਹੌਲ 'ਚ ਬਿਠਾ ਕੇ। ਅੱਛਾ, ਇੱਥੇ ਰਾਤ ਨੂੰ ਨੀਂਦ ਆਏਗੀ ਤੁਹਾਨੂੰ? ਬਿਲਕੁਲ ਵੀ ਨਹੀਂ ਆਉਂਦੀ ਜੀ, ਅਸੀਂ ਸਾਰੀ ਰਾਤ ਜਾ ਕੇ ਕਰਦੇ, ਮੱਛਰ ਬਹੁਤ ਆ, ਕੋਈ ਟ੍ਰੇਨਾਂ ਨੇ ਜੀ, ਨਸ਼ੇ ਪੱਤਿਆਂ ਵਾਲੇ ਫਿਰਦੇ ਨੇ ਜੀ, ਦੇਖੋ ਕੋਈ ਸਾਨੂੰ ਮਾਰ ਕੇ ਸਿੱਟ ਜਾਵੇ ਜਾਂ ਸਾਨੂੰ ਕੋਈ ਕੁਛ ਵੀ ਕਰ ਸਕਦਾ ਜੀ, ਜਿਹੜੇ ਹਿਸਾਬ ਨਾਲ ਇਹ ਅਸੀਂ ਬੈਠੇ ਹਾਂ। ਸਾਨੂੰ ਕਮਰਾ ਦਵਾ ਦੋ, ਅਸੀਂ ਆਪਣਾ ਰੈਂਟ ਦੇ ਕੇ ਵੀ ਅਸੀਂ ਰਹਿ ਸਕਦੇ ਹਾਂ, ਕਹਿੰਦੇ ਵੀ ਨਹੀਂ ਅਸੀਂ ਨਹੀਂ ਕੁਛ ਕਰ ਸਕਦੇ, ਵੀ ਅਸੀਂ ਤੁਹਾਨੂੰ ਖਾਣਾ ਦਾਣਾ ਦੇ ਸਕਦੇ ਹਾਂ, ਉਹ ਵੀ ਟਾਈਮ ਨਾਲ ਨਹੀਂ ਆ ਰਿਹਾ, ਦੇਖੋ ਵੀ ਟਾਈਮ ਨਾਲ ਆਉਣਾ ਚਾਹੀਦਾ ਜੀ, ਬਿਮਾਰੀ ਚੱਲੀ ਅਸੀਂ ਸਮਝਦੇ ਹਾਂ ਵੀ ਸਾਰਿਆਂ ਲਈ ਇਹ ਫਾਇਦੇਮੰਦ ਦਾ ਬਚਾਓ ਕਰਾਂਗੇ। ਤੁਹਾਨੂੰ ਇਹ ਗੱਲ ਕਿਹਨੇ ਕਹੀ ਆ ਵੀ ਤੁਸੀਂ ਜਾ ਕੇ ਲਾਈਨਾਂ ਦੇ? ਇਹ ਕੁੱਕੀ ਨੇ ਕਰੀ ਸੀ, ਸਾਡੇ ਨਾਲ MC ਆ ਜੀ, ਅਸੀਂ MC ਨੂੰ ਫੋਨ ਕਰਿਆ ਸੀ ਵੀ ਮੈਂ ਕਰਿਆ ਸੀ, ਮਤਲਬ ਵੀ ਮੇਰੇ ਵੀ ਹਸਬੈਂਡ ਆ ਰਹੇ ਨੇ ਮਸ਼ੀਨ ਤੋਂ ਜਾਏ, ਇਹ ਕਹਿ ਰਹੇ ਨੇ ਵੀ
ਕੋਈ ਨਾ ਭਾਈ ਜਦੋਂ ਆਉਣਗੇ ਦੇਖ ਲਾਂਗੇ, ਪਰ ਉਹ ਪਿੰਡ 'ਚ ਨਾ ਵੜੇ, ਫਿਰ ਇੱਕ ਕਰਕੇ ਉਰੇ ਬੈਠ ਗਏ ਤੇ ਹਾਂਜੀ ਅਤੇ ਫਿਰ ਉਰੇ ਬੈਠੇ ਤੇ ਹੁਣ ਦੇਖ ਲਓ ਵੀ ਹੁਣ ਸਾਨੂੰ ਅੱਜ ਤੀਆ ਦਿਨ ਆ ਸਾਡਾ ਉੱਥੇ ਤਹਿਸੀਲਦਾਰ ਗੁਰਜਿੰਦਰ ਸਿੰਘ ਫਤਿਹਗੜ੍ਹ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਪਰਿਵਾਰ ਜੋ ਕਿ ਅੰਡਰ ਪਾਸ ਰਹਿ ਰਿਹਾ, ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਟੈਸਟ ਵੀ ਹੋਏ ਨੇ, ਉਹਨਾਂ ਨੂੰ ਅਸੀਂ ਉੱਥੇ ਸ਼ਿਫਟ ਕਰ ਰਹੇ ਹਾਂ। ਸਾਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਕਿ ਇੱਕ ਪਰਿਵਾਰ ਜਿਹੜਾ ਹੈਗਾ ਆਪਣੇ ਘਰੋਂ ਬਾਹਰ ਹੋ ਕੇ ਇੱਥੇ ਅੰਡਰ ਪਾਸ ਦੇ ਥੱਲੇ ਆਪਣਾ ਗੁਜ਼ਾਰਾ ਕਰ ਰਿਹਾ ਹੈਗਾ, ਅਤੇ ਅਸੀਂ ਆ ਜਾ ਕੇ ਉਹਨੂੰ ਵਿਜ਼ਿਟ ਕੀਤਾ ਅਤੇ ਪਾਇਆ ਗਿਆ ਕਿ ਉੱਥੇ ਅੰਡਰ ਪਾਸ ਥੱਲੇ ਉਹ ਬੰਦੇ ਰਹਿ ਰਹੇ ਨੇ, ਅਤੇ ਅਸੀਂ ਤੁਰੰਤ ਇਹਨਾਂ ਨੂੰ ਜਿਹੜਾ ਹੈਗਾ ਸ਼ਿਫਟ ਕਰਾ ਰਹੇ ਹਾਂ ਜੀ ਪ੍ਰੋਪਰ ਅਕੋਮੋਡੇਸ਼ਨ ਦੇ ਵਿੱਚ। ਅਤੇ ਜਿਵੇਂ ਮੈਨੂੰ ਦੱਸ ਰਹੇ ਨੇ ਕਿ ਇਹਨਾਂ ਦੇ ਮੈਡੀਕਲ ਟੈਸਟ ਹੋਏ ਹੋਏ ਨੇ ਅਤੇ ਰਿਪੋਰਟ ਵੇਟਡ ਹੈ, ਬਾਕੀ ਰਿਪੋਰਟ ਆਉਣ 'ਤੇ ਜਿਹੜੀ ਅਗਲੇ ਦੀ ਕਾਰਵਾਈ ਕਰ ਦਿੱਤੀ ਜਾਵੇ। ਸਾਬਕਾ ਕੌਂਸਲਰ ਜਗਜੀਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਘਰ ਤੋਂ ਉਹਨਾਂ ਨੂੰ 2 ਟਾਈਮ ਦਾ ਖਾਣਾ ਦਿੰਦੇ ਰਹੇ ਹਾਂ ਅਤੇ ਸਾਡੇ ਕੋਲੋਂ ਹੋ ਸਕਦਾ ਸੀ ਉਹ ਕੀਤਾ ਅਤੇ ਸਾਡੀ ਹੁਣ ਤਹਿਸੀਲਦਾਰ ਨਾਲ ਗੱਲਬਾਤ ਹੋਈ ਆ, ਉਹ ਉਹਨਾਂ ਦੇ ਰਹਿਣ ਵਸੇਰੇ 'ਚ ਛੱਡਣ ਚਲੇ ਗਏ ਨੇ। ਮੈਂ ਇਹਨਾਂ ਦੀ ਫੁੱਲ ਵੱਟਾ ਫੁੱਲ ਮਦਦ ਕੀਤੀ ਆ, ਸੇਵਾ ਕੀਤੀ ਆ, 2 ਟਾਈਮ ਇਹਨਾਂ ਨੂੰ ਲੰਗਰ ਵੀ ਸਾਰਾ ਆਪਣੇ ਘਰੋਂ ਬਣਾ ਕੇ ਰੋਟੀ ਇਹਨਾਂ ਨੂੰ ਸਪੈਸ਼ਲ ਖਵਾਉਂਦਾ ਰਿਹਾ। ਅਤੇ ਇਹਨਾਂ ਦਾ ਮੈਂ ਸਭ ਤੋਂ ਪਹਿਲਾਂ ਤਾਂ ਅਰੇਂਜਮੈਂਟ ਤਹਿਸੀਲਦਾਰ ਸਾਹਿਬ ਨੇ ਗੁਰਦੁਆਰਾ ਸਾਹਿਬ ਕੀਤਾ ਸੀ, ਉਸ ਇਹਨਾਂ ਨੇ ਕਿਹਾ ਵੀ ਇਹ ਬੰਦਾ ਸੀ ਜਿਹੜਾ ਬਾਹਰੋਂ ਆਇਆ ਵੀ ਮੈਂ ਬੀੜੀ ਸਿਗਰਟ ਪੀਣ ਕਰਕੇ ਉੱਥੇ ਰਹਿ ਨਹੀਂ ਸਕਦਾ, ਇਸ ਲਈ ਇੱਥੇ ਰੱਖਿਆ, ਤਾਂ ਹੁਣ ਇਹਦਾ ਰਹਿਣ ਬਸੇਰੇ 'ਚ ਇਹਨਾਂ ਨੂੰ ਰੱਖਿਆ ਜਾ ਰਿਹਾ, ਇਹਨਾਂ ਦੇ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੇਲਵੇ ਕੋਰੀਡੋਰ ਦੀ ਪੁਲੀ ਹੇਠ ਰਹਿ ਰਹੇ ਪਰਿਵਾਰ ਦੀ ਸੂਚਨਾ ਮਿਲਣ 'ਤੇ ਆਮ ਆਦਮੀ ਪਾਰਟੀ ਦੇ ਬਲਾਕ ਬੱਸੀ ਪਠਾਣਾ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਹੈਪੀ ਨੇ ਪਰਿਵਾਰ ਦਾ ਹਾਲ ਜਾਣਿਆ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਰਕਾਰ ਦੇ ਦਾਅਵੇ ਜਿਹੜੇ ਨੇ ਉਹ ਕਿੰਨੇ ਕੁ ਸੱਚ ਨੇ, ਤੁਸੀਂ ਇਸ ਤੋਂ ਪਹਿਲਾਂ ਵੀਡੀਓ ਵੀ ਬਣਾ ਲਈ ਹੈ ਅਤੇ ਕਿੱਥੇ ਰਹਿ ਰਹੇ ਨੇ, ਕਿਵੇਂ ਰਹਿ ਰਹੇ ਨੇ ਤੁਸੀਂ ਦੇਖ ਲਿਆ। ਸਰਕਾਰ ਜਿਹੜੀ ਆ ਵੱਡੇ ਵੱਡੇ ਦਾਅਵੇ ਕਰਦੀ ਆ, ਪਰ ਮੈਂ ਇੱਥੇ ਆ ਕੇ ਦੇਖਿਆ, ਪਹਿਲਾਂ ਤਾਂ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਕਿਤੇ ਵੈਸੇ ਹੀ ਬੰਦੇ ਅਲੱਗ ਰਹਿੰਦੇ ਹੋਣਗੇ, ਪਰ ਜਿਹੜਾ ਇੱਥੇ ਦਾ ਮਾਹੌਲ ਦੇਖਿਆ ਮੈਂ ਆ ਕੇ, ਇਹ ਵਿਚਾਰੇ ਆਪਣੇ ਬਾਹਮਣ ਮਾਜਰੇ ਤੋਂ 1.5 ਕਿਲੋਮੀਟਰ ਸ਼ਾਇਦ ਦੂਰ ਨੇ, ਪੁਲੀ ਦੇ ਥੱਲੇ ਰਹਿ ਰਹੇ ਨੇ, ਇੱਕ ਪਰਿਵਾਰ ਦੇ ਨਾਲ ਰਹਿ ਰਹੇ ਨੇ ਅਤੇ ਨਾਲ ਮੜੀਆਂ ਨੇ। ਅਤੇ ਇੱਥੇ ਸਭ ਤੋਂ ਵੱਡੀ ਸਾਨੂੰ ਜੋ ਸਾਡੇ ਅੱਜ ਸਮਾਜ ਦੇ ਲਈ ਬੜੀ ਮੈਨੂੰ ਸ਼ਰਮ ਮਹਿਸੂਸ ਹੋਈ ਇਸ ਗੱਲ ਦੇ ਲਈ, ਇੱਕ ਲੇਡੀ ਸਾਡੀ ਭੈਣ ਇੱਥੇ ਰਹਿ ਰਹੀ ਹੈ, ਤੁਸੀਂ ਮੈਨੂੰ ਦੱਸੋ ਇੱਥੇ ਕੀ ਕੋਈ ਕਿਸੇ ਦਾ ਵਾਲੀ ਵਾਰਸ ਹੈਗਾ? ਆਪਾਂ ਤਾਂ ਵੱਡੀਆਂ ਵੱਡੀਆਂ ਸੁਰੱਖਿਆ ਦੀਆਂ ਗੱਲਾਂ ਕਰਦੇ ਹਾਂ। ਸੋ ਜਿਹੜਾ ਸਰਕਾਰ ਦਾ ਦਾਅਵਾ, ਮੈਂ ਕਹਿੰਦਾ ਸਰਕਾਰ ਲੋਕਾਂ ਨੂੰ ਸਹੂਲਤ ਮੁਹੱਈਆ ਕਰਾਉਣ ਦੇ ਵਿੱਚ ਇੱਥੇ ਪੂਰੀ ਤਰ੍ਹਾਂ ਫੇਲ ਆ। ਦੇਖੋ ਇੱਥੇ ਇੱਕ ਸਾਡਾ ਭਰਾ ਵਿਚਾਰਾ ਕੰਬਾਈਨ ਤੋਂ ਆਇਆ, ਉਹ ਆ ਅਤੇ ਉਹਦੀ ਮਿਸਿਜ਼ ਵਿਚਾਰੇ ਅਤੇ ਉਹਨਾਂ ਦਾ ਬੇਟਾ, ਅਤੇ ਅਸੀਂ ਦੇਖੋ ਇਹਦੇ ਵਿੱਚ ਇਹ ਨਹੀਂ ਕਿਸੇ ਨੂੰ ਕੰਡਮ ਕਰ ਰਿਹਾ, ਪਰ ਮੈਂ ਇੱਥੇ ਇਸ ਗੱਲ ਜ਼ਰੂਰ ਕਹੂੰਗਾ ਕਿ ਜਿਹੜਾ ਸਰਕਾਰ ਦਾ ਇੱਥੇ ਕੰਮ ਸੀ, ਸਰਕਾਰ ਇੱਥੇ ਫੇਲ ਹੋ ਚੁੱਕੀ ਆ। ਇਹਨਾਂ ਲੋਕਾਂ ਦੀ ਬਾਂਹ ਫੜਨ ਦੀ ਬਜਾਏ, ਇਹਨਾਂ ਲੋਕਾਂ ਨੂੰ ਕੁਆਰੰਟਾਈਨ ਕਰਨ ਦੀ ਬਜਾਏ, ਕਿਤੇ ਵਧੀਆ ਦੇਖੋ ਕਿੰਨੇ ਕਮਰੇ ਨੇ, ਸਕੂਲਸ ਨੇ, ਹਸਪੀਟਲ ਨੇ, ਕਿਤੇ ਵੀ ਰੱਖਿਆ ਜਾ ਸਕਦਾ, ਪਰ ਇਹਨਾਂ ਨੂੰ ਆ ਦੇਖੋ ਕੁਲੀ ਆ ਵਿੱਚ ਨਾ ਵਿੱਚ ਕੋਈ ਰਹਿਣ ਨੂੰ, ਨਾ ਖਾਣ ਨੂੰ, ਨਾ ਪੀਣ ਨੂੰ, ਜੇ ਕੋਈ ਰੋਏ ਤਾਂ ਇਹ ਤਾਂ ਵਿਚਾਰੇ ਜਿਵੇਂ ਆਪਾਂ ਤੜੀ ਪਾਰ ਨਹੀਂ ਕਰਦੇ ਫਿਲਮਾਂ 'ਚ, ਆਪਾਂ ਦੇਖਦੇ ਸੀ ਕੱਢ ਦਿੰਦੇ ਸੀ ਬੰਦੇ ਨੂੰ ਦੇਸ਼ ਘਰ ਤੋਂ ਨਿਕਾਲਾ ਦੇ ਤਾ ਪਿੰਡ ਤੋਂ, ਇਹਨਾਂ ਨਾਲ ਉਹ ਹਾਲਾਤ ਹੋ ਗਏ। ਇਹਦੇ ਨਾਲ ਤਾਂ ਵਿਚਾਰਾ ਉੱਥੇ ਬੈਠਾ ਠੀਕ ਸੀ, ਇਹ ਕਰੋਨਾ ਨਾਲ ਮਰਨ ਨਾ ਮਰਨ, ਇਹ ਇੱਦਾਂ ਭੁੱਖ ਨਾਲ ਜ਼ਰੂਰ ਮਰ ਜਾਵਾਂਗੇ। ਪਰ ਮੈਂ ਇੱਕ ਇੱਥੇ ਹੋਰ ਗੱਲ ਕਹਿਣੀ ਚਾਹੂੰਗਾ, ਕਰੋਨਾ ਜਿਹੜਾ ਆਇਆ ਇਹਨੇ ਹੋਰ ਤਾਂ ਦੇਖਿਆ ਸਮਾਜਿਕ ਰਿਸ਼ਤੇ ਵੀ ਤਾਰ ਤਾਰ ਕਰ ਦਿੱਤੇ। ਇਹ ਜਿੱਥੇ ਰਹਿੰਦੇ ਸੀਗੇ ਉਸ ਆਲੇ ਦੁਆਲੇ ਦੇ ਲੋਕਾਂ ਲਈ ਬੜੀ ਮਾੜੀ ਗੱਲ ਆ, ਉਹਨਾਂ ਨੇ ਇਹਨਾਂ ਨੂੰ ਮਤਲਬ ਕੱਢਿਆ ਕਿ ਤੁਸੀਂ ਇੱਥੋਂ ਚਲੇ ਜਾਓ, ਇੱਥੇ ਨਾ ਰਹੋ, ਅਤੇ ਕੱਢਣ ਤੋਂ ਪਹਿਲਾਂ ਇਹ ਨਹੀਂ ਸੋਚਿਆ ਜਾਣਗੇ ਕਿੱਥੇ। ਅਤੇ ਸਰਕਾਰ ਦਾ ਜਿੱਥੇ ਫਰਜ਼ ਬਣਦਾ ਸੀ ਉੱਥੇ ਅਸੀਂ ਸਮਾਜਿਕ ਲੋਕ ਹਾਂ, ਸਾਡੇ ਆਪਸ 'ਚ ਭੈਣ ਭਰਾ ਨੇ, ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਦੇ ਹੁੰਦੇ ਹੋਏ ਸਾਡਾ ਵੀ ਇਹ ਫਰਜ਼ ਬਣਦਾ ਸੀਗਾ ਕਿ ਇਹਨਾਂ ਨੂੰ ਕੱਢਣ ਤੋਂ ਪਹਿਲਾਂ ਉੱਥੋਂ ਭੇਜਣ ਤੋਂ ਪਹਿਲਾਂ ਦੇਖਦੇ ਇਹਨਾਂ ਦਾ ਹੱਲ ਕਿੱਥੇ ਹੋਊਗਾ, ਰੋਟੀ ਪਾਣੀ ਦਾ ਹੱਲ ਕਿੱਥੇ। ਅੱਛਾ ਤੁਸੀਂ ਆਪਣੇ ਵੱਲੋਂ ਕੀ ਕਰ ਰਹੇ ਹੋ ਹੁਣ? ਇਹ ਚਲੋ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਜੋ ਮਰਜ਼ੀ, ਤੁਸੀਂ ਆਪਣੇ ਵੱਲੋਂ ਕੀ ਕਰ ਰਹੇ ਹੋ? ਮੈਂ ਆਪਣੇ ਵੱਲੋਂ, ਮੈਨੂੰ ਰਾਤ ਇਸ ਗੱਲ ਦਾ ਪਤਾ ਲੱਗਿਆ ਸੀ, ਪਹਿਲਾਂ ਤਾਂ ਮੈਂ SDM ਸਾਹਿਬ ਨੂੰ ਫੋਨ ਕੀਤਾ ਰਾਤ ਵੀ ਚਲੋ ਮੈਂ SDM ਸਾਹਿਬ ਨੂੰ ਫੋਨ ਕਰਦਾ, ਮੇਰੇ ਖਿਆਲ 'ਚ 8-10 ਕਾਲਾਂ ਹੋਣੀਆਂ ਆਉਣਗੀਆਂ SDM ਸਾਹਿਬ ਨੂੰ, ਅਤੇ ਸਾਡੀ ਗੱਲ ਨਹੀਂ ਹੋ ਪਾਈ ਕਦੇ। ਮੈਂ ਉਹਨਾਂ ਨੂੰ ਦੱਸਿਆ ਵੀ ਹਾਂਜੀ ਹਾਂਜੀ ਹੈਲੋ ਹੈਲੋ, ਮੈਂ ਕਿਹਾ ਜੀ ਇਹ ਮੇਰੇ ਤੋਂ ਰੇਂਜ ਨਹੀਂ ਤਾਂ ਤੁਸੀਂ ਕਰ ਲਓ, ਮਤਲਬ SDM ਸਾਹਿਬ ਵੱਲੋਂ ਕੋਈ ਮੈਨੂੰ ਦੁਬਾਰਾ ਰਿਵਰਟ ਨਹੀਂ ਆਇਆ। ਫਿਰ ਮੈਂ ਰਾਤ ਨੂੰ, ਟਾਈਮ ਵੀ ਬਹੁਤ ਹੋ ਗਿਆ ਸੀ 9-10 ਵੱਜ ਚੁੱਕੇ ਸੀਗੇ, ਮੈਂ ਇਹਨਾਂ ਨੂੰ ਕਿਹਾ ਵੀ ਕੱਲ੍ਹ ਸਵੇਰੇ ਗੱਲ ਕਰਦਾ, ਸਵੇਰੇ ਇਹਨਾਂ ਦਾ ਫੋਨ ਬੰਦ ਆ ਰਿਹਾ ਸੀ। ਮੈਂ ਉਹਨਾਂ ਦੀ ਇਹ ਗੱਲ ਜਿਹੜੀ ਹੈ ਜਿਵੇਂ ਤੁਹਾਡੇ ਜ਼ਰੀਏ ਮੇਰਾ ਜੋ ਫਰਜ਼ ਸੀ, ਮੈਂ ਤੁਹਾਡੇ ਜ਼ਰੀਏ ਇਹ ਪ੍ਰਸ਼ਾਸਨ ਤੱਕ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ, ਜੇ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਹੋਰ ਮਦਦ ਦੀ ਲੋੜ ਆ ਉਹ ਵੀ ਅਸੀਂ ਕਰਾਂਗੇ, ਸਾਡੇ ਆਪਣੇ ਭੈਣ ਭਰਾ ਨੇ, ਕਿਤੇ ਵੀ ਕਿਸੇ ਨੂੰ ਲੋੜ ਪੈਂਦੀ ਅਸੀਂ ਕਰਾਂਗੇ। ਪਰ ਸਰਕਾਰਾਂ ਨੂੰ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਰਹੇ। ਮੈਂ ਇੱਥੇ ਮੈਡੀਕਲ ਟੀਮ ਆ ਜਿਹੜੀ ਸਾਡੇ ਜ਼ਿਲ੍ਹੇ ਦੀ ਜਾਂ ਹੋਰ ਆ ਜਾਂ ਇੱਥੋਂ ਮੈਂ CM ਸਾਹਿਬ ਤੱਕ ਵੀ ਗੱਲ ਪਹੁੰਚਾਉਣੀ ਚਾਹੂੰਗਾ, ਇਹ ਤਾਂ ਇੱਕ ਪਰਿਵਾਰ ਆ ਜਿਹੜਾ ਦੱਸ ਦਿੱਤਾ, ਇੱਦਾਂ ਦੇ ਪਤਾ ਨਹੀਂ ਕਿੰਨੇ ਪਰਿਵਾਰ ਹੋਣਗੇ ਜਿਹੜੇ ਰੋਲਦੇ ਹੋਣਗੇ, ਤੁਸੀਂ ਉਰੇ ਦਾ ਮਾਹੌਲ ਦਿਖਾਓਗੇ ਤਾਂ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਮੈਂ
ਅਫਸਰਾਂ ਦੇ ਨਾਲ ਨਾਲ ਜਿਹੜੇ ਸਾਡੇ ਸਮਾਜਿਕ ਲੋਕ ਆ, ਜਿੱਥੋਂ ਵੀ ਸਾਡੇ ਕੋਈ ਕਮਾਈ ਨਾਲ ਆਉਂਦਾ ਜਾਂ ਕਿਤੋਂ ਬਾਹਰੋਂ ਆਉਂਦਾ, ਤਾਂ ਅਸੀਂ ਸਾਡੇ ਹੀ ਭੈਣ ਭਰਾ ਨੇ, ਸਾਡੇ ਵਿੱਚੋਂ ਹੀ ਗਏ ਨੇ, ਤਾਂ ਅਸੀਂ ਉਹਨਾਂ ਦਾ ਜ਼ਰੂਰ ਜਿਹੜਾ ਧਿਆਨ ਰੱਖੀਏ ਕਿ ਉਹ ਜਾਣਗੇ ਕਿਤੇ। ਸੋ ਮੇਰੀ ਬੇਨਤੀ ਆ, ਇਸ ਬੇਨਤੀ ਨੂੰ ਕਬੂਲ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਇਹਦੇ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਕੁਆਰੰਟਾਈਨ ਸੈਂਟਰ ਦੇ ਵਿੱਚ ਰੱਖ ਕੇ ਇਹਨਾਂ ਦੀ ਸਿਹਤ ਸਹੂਲਤ ਦਾ ਵੀ ਧਿਆਨ ਰੱਖਿਆ। ਸੋ ਦਾਦੇ, ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ, ਉੱਥੇ ਬਾਹਰਲੇ ਸੂਬਿਆਂ 'ਚੋਂ ਆਪਣੇ ਸੂਬਿਆਂ ਵਿੱਚ ਆ ਰਹੇ ਲੋਕਾਂ ਨਾਲ ਵੀ ਜਿਹੜਾ ਵਿਤਕਰਾ ਕੀਤਾ ਜਾ ਰਿਹਾ, ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਾ ਹੀ ਉਹਨਾਂ ਨੂੰ ਰਹਿਣ ਲਈ ਕੋਈ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਅਤੇ ਨਾ ਹੀ ਖਾਣ ਪੀਣ ਦੇ, ਜਿਸ ਕਰਕੇ ਉਹਨਾਂ ਨੂੰ ਕਾਫੀ ਦਿੱਕਤ ਆ ਰਹੀਆਂ ਨੇ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਿਵਾਣਾ ਦੀ ਰਿਪੋਰਟ, ਚੈਨਲ ਪੰਜਾਬ।